ਅਸੀਂ ਕਈ ਵਾਰ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ, ਮਤਲਬ ਕਿ ਸਬਰ ਰੱਖ ਕੇ ਕੀਤਾ ਗਿਆ ਕੋਈ ਵੀ ਕੰਮ ਸਾਡੇ ਲਈ ਲਾਹੇਵੰਦ ਹੁੰਦਾ ਹੈ, ਸਾਡੇ ਲਈ ਫਾਇਦੇ ਵਾਲਾ ਹੁੰਦਾ ਹੈ। ਪਰ ਅੱਜ ਕੱਲ ਅਸੀਂ ਸਬਰ ਨਹੀਂ ਰੱਖਦੇ, ਹਰ ਕੰਮ ਨੂੰ ਕਰਨ ਵਿੱਚ ਜਲਦੀ ਕਰਦੇ ਹਾਂ। ਸਾਨੂੰ ਹੁੰਦਾ ਹੈ ਕਿ ਹਰ ਚੀਜ਼ ਸਭ ਤੋਂ ਪਹਿਲਾਂ ਸਾਨੂੰ ਹੀ ਮਿਲੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਈ ਵਾਰ ਕਾਹਲ ਵਿੱਚ ਕੀਤਾ ਗਿਆ ਕੰਮ ਸਾਡੇ ਜੀਵਨ ਵਿੱਚ ਨਾ ਦੇ ਬਰਾਬਰ ਹੁੰਦਾ ਹੈ। ਸਾਡੇ ਜੀਵਨ ਵਿੱਚ ਸਬਰ ਕਿਉਂ ਜ਼ਰੂਰੀ ਹੈ? ਇੱਕ ਸਬਰ ਵਾਲਾ ਵਿਅਕਤੀ ਉਹ ਹੁੰਦਾ ਹੈ ਜੋ ਮੁਸ਼ਕਿਲ ਸਮੇਂ ਵਿੱਚ ਵੀ ਸਹਿਣਸ਼ੀਲਤਾ ਤੇ ਸਬਰ ਨਾਲ ਉਸ ਨੂੰ ਪਾਰ ਕਰਦਾ ਹੈ ਤੇ ਚੰਗੇ ਸਮੇਂ ਦੀ ਉਡੀਕ ਕਰਦਾ ਹੈ। ਸਬਰ ਦਾ ਮਹੱਤਵ ਅਸੀਂ ਇਸ ਕਹਾਣੀ ਤੋਂ ਸਮਝਦੇ ਹਾਂ। ਇੱਕ ਵਾਰ ਇੱਕ ਗੁਰੂ ਆਪਣੇ ਚੇਲਿਆਂ ਨਾਲ ਕਿਸੇ ਯਾਤਰਾ ਤੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਪਿਆਸ ਲੱਗੀ ਤਾਂ ਉਹ ਇੱਕ ਝੀਲ ਦੇ ਕਿਨਾਰੇ ਰੁਕ ਗਏ ਅਤੇ ਇੱਕ ਚੇਲੇ ਨੂੰ ਝੀਲ ਤੋਂ ਪੀਣ ਲਈ ਪਾਣੀ ਲਿਆਉਣ ਲਈ ਕਿਹਾ। ਜਦੋਂ ਉਹ ਝੀਲ ਤੇ ਪਾਣੀ ਲੈਣ ਲਈ ਗਿਆ ਤਾਂ ਉਸਨੇ ਦੇਖਿਆ ਕਿ ਝੀਲ ਵਿੱਚੋਂ ਕੁਝ ਹਾਥੀ ਲੰਘ ਰਹੇ ਸਨ, ਜਿਸ ਕਾਰਨ ਝੀਲ ਦੇ ਪਾਣੀ ਵਿੱਚ ਹਲਚਲ ਸੀ ਅਤੇ ਉਹ ਪਾਣੀ ਮਿੱਟੀ ਨਾਲ ਗੰਧਲਾ ਹੋ ਗਿਆ ਅਤੇ ਪੀਣ ਯੋਗ ਨਹੀਂ ਲੱਗ ਰਿਹਾ ਸੀ। ਤਾਂ ਚੇਲਾ ਖਾਲੀ ਹੱਥ ਆਪਣੇ ਗੁਰੂ ਕੋਲ ਵਾਪਸ ਚਲਿਆ ਗਿਆ ਅਤੇ ਜਾ ਕੇ ਗੁਰੂ ਨੂੰ ਸਾਰੀ ਗੱਲ ਦੱਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਆਪਾਂ ਕੁਝ ਸਮਾਂ ਆਰਾਮ ਕਰਦੇ ਹਾਂ। ਕੁਝ ਕੁ ਸਮਾਂ ਆਰਾਮ ਕਰਨ ਤੋਂ ਬਾਅਦ ਉਸ ਗੁਰੂ ਨੇ ਉਸੇ ਚੇਲੇ ਨੂੰ ਫਿਰ ਝੀਲ ਤੋਂ ਪਾਣੀ ਲੈਣ ਲਈ ਭੇਜਿਆ, ਪਰ ਇਸ ਵਾਰ ਝੀਲ ਦਾ ਪਾਣੀ ਬਿਲਕੁਲ ਸਾਫ਼ ਸੀ। ਉਸਦੀ ਸਾਰੀ ਮਿੱਟੀ ਤਲ ਤੇ ਬੈਠ ਗਈ ਸੀ ਤੇ ਪਾਣੀ ਪੀਣ ਯੋਗ ਅਤੇ ਸਾਫ਼ ਨਜ਼ਰ ਆ ਰਿਹਾ ਸੀ। ਚੇਲੇ ਨੇ ਆਪਣੇ ਬਰਤਨ ਵਿੱਚ ਪਾਣੀ ਲਿਆ ਅਤੇ ਗੁਰੂ ਜੀ ਕੋਲ ਲਿਆਂਦਾ ਤਾਂ ਗੁਰੂ ਜੀ ਪਾਣੀ ਨੂੰ ਦੇਖ ਕੇ ਕਹਿਣ ਲੱਗੇ ਕਿ ਕੁਝ ਸਮਾਂ ਦੇਣ ਨਾਲ ਹੀ ਪਾਣੀ ਸਾਫ਼ ਹੋ ਗਿਆ ਹੈ, ਆਪਾਂ ਨੂੰ ਕੁਝ ਕਰਨਾ ਵੀ ਨਹੀਂ ਪਿਆ। ਇਸਦੀ ਸਾਰੀ ਮਿੱਟੀ ਤਲ ਤੇ ਬੈਠ ਗਈ ਹੈ ਅਤੇ ਇਹ ਪੀਣ ਯੋਗ ਬਣ ਗਿਆ, ਆਪਾਂ ਨੂੰ ਇਸ ਲਈ ਸਿਰਫ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਪਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਿੰਨਾ ਵੀ ਸਮਾਂ ਮੁਸ਼ਕਿਲ ਵਾਲਾ ਆਵੇ, ਬਸ ਸਬਰ ਰੱਖ ਕੇ ਉਸ ਔਖੀ ਘੜੀ ਦੇ ਬੀਤਣ ਦਾ ਇੰਤਜ਼ਾਰ ਕਰੋ ਤਾਂ ਆਉਣ ਵਾਲਾ ਸਮਾਂ ਆਪਣੇ ਆਪ ਹੀ ਚੰਗਾ ਹੋ ਜਾਵੇਗਾ। ਇਸ ਲਈ ਜੀਵਨ ਵਿੱਚ ਸਬਰ ਬਹੁਤ ਜ਼ਰੂਰੀ ਹੈ।